कोटकपुरा गोलीकांड नाल संबंधित एक नवी वीडियो लगातार सामने आ रही है, वायरल हो रही है। उस वीडियो दे विच नवे खुलासे हुए ने। कोटकपुरा गोलीकांड दे विच हुण तक जिन्नियां भी एस आई टीज बनिया ने, जिन्ने भी खुलासे हुए ने, उन्हां सारयां नूं एक पासे रख के ते इस वीडियो दे विच वड्डे खुलासे हुए ने। और इस वीडियो ने इस पूरे मामले का रुख बदल के रख दिता है। जिथे कोटकपुरा गोलीकांड दे विच सीधा कहा जा रहा सी कि पीड़ित अजीत सिंह नूं सजी लत ते गोली लगती है, तो इस गोली दे लगन दे नाल जिहड़ा इह विवाद बन जाता है, मौत उस तो बाद हो जाती है। तो नाल दी नाल ही इस मामले दे विच एफ आई आर दर्ज हुंदी है, एफ आई आर दे विच बयान भी लिया जाता है। बयान दे हिसाब दे नाल अगे जांच चल रही हुंदी है। कोटकपुरा गोलीकांड दे संबंधित भावें फिर रणजीत सिंह कमिशन की गल कर लीए, जस्टिस रणजीत सिंह कमिशन की गल कर लीए, या फिर वख-वख एस आई टीज़ की गल कर लीए, हुण तक जिहड़े भी तत्थ सामने आए ने वह एक पासे रह चुके हैं। हुण एक नवा मोड़ आउंदा दिखाई दे रहा। एक 57 सैकेंड की वीडियो है जिहड़ी लगातार सामने आ रही है, वायरल हो रही है। उस दे विच जिहड़े हालात वेखण च मिल रहे ने वह एकदम वक्रे नज़र आ रहे हैं। जानकारी मुताबक यह कहा गया सी कि कोटकपुरा चौंक दे विच गोली मार दित्ती गई सी और गोली पुलिस ने मारी सी, जबकि हुण नवें जिहड़े तत्थ सामने आए ने उस मुताबक गोली पुलिस ने नहीं मारी। चली भावें जरूर पुलिस की गन चो हैगी है, पर वह जिहड़ी गोली है वह पुलिस ने नहीं मारी हैगी, वह दरअसल प्रदर्शनकारियों वालों ही मारी गई है। जानकारी मुताबक जिहड़ी यह सीसीटीवी सामने आई है, इस नूं जदों खंगालिया गया तो पता लग्या कि दो प्रदर्शनकारी जिहड़े ने ਉਹ ਇੱਕ ਹੈੱਡ ਕਾਂਸਟੇਬਲ ਅਤੇ ਇੱਕ ਕਾਂਸਟੇਬਲ ਦੇ ਹੱਥੋਂ ਐੱਸ ਐੱਲ ਆਰਸ ਖੋਹ ਕੇ ਲੈ ਜਾਂਦੇ ਨੇ। ਜਦਕਿ ਇਹਨਾਂ ਦੇ ਵਿੱਚੋਂ ਹੀ ਜਦ ਇੱਕ ਪ੍ਰਦਰਸ਼ਨਕਾਰੀ ਕੋਟਕਪੁਰਾ ਚੌਂਕ ਤੋਂ ਐੱਸ ਐੱਲ ਆਰ ਖੋਹ ਕੇ ਅਤੇ ਅੱਗੇ ਮੁਕਤਸਰ ਰੋਡ ਵੱਲ ਜਾ ਰਿਹਾ ਹੁੰਦਾ ਅਤੇ ਉਸ ਵੇਲੇ ਉਸ ਐੱਸ ਐੱਲ ਆਰ ਦੀ ਵਰਤੋਂ ਕਰਦਾ ਹੈ ਅਤੇ ਉਸ ਐੱਸ ਐੱਲ ਆਰ ਦੀ ਗੋਲੀ ਜਿਹੜੀ ਹੈ ਉਹ ਅਜੀਤ ਸਿੰਘ ਦੀ ਲੱਤ 'ਤੇ ਵੱਜਦੀ ਹੈ। ਇਸ ਮਾਮਲੇ ਨੂੰ ਲੈ ਕੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਪੁਲਿਸ ਨੇ ਅਜੀਤ ਸਿੰਘ ਨੂੰ ਗੋਲੀ ਮਾਰੀ ਹੈ, ਪੁਲਿਸ ਦੀ ਗੋਲੀ ਅਜੀਤ ਸਿੰਘ ਨੂੰ ਲੱਗੀ ਹੈ, ਹੁਣ ਇਹ ਸਾਰਾ ਮਾਮਲਾ ਪੁੱਠਾ ਪੈਂਦਾ ਨਜ਼ਰ ਆ ਰਿਹਾ, ਜਿਸ ਦੇ ਵਿੱਚ ਸਾਫ਼ ਤੌਰ 'ਤੇ ਕਿਹਾ ਜਾ ਰਿਹਾ ਹੈ ਕਿ ਇੱਕ ਹੈੱਡ ਕਾਂਸਟੇਬਲ ਅਤੇ ਇੱਕ ਕਾਂਸਟੇਬਲ ਦੇ ਹੱਥੋਂ ਐੱਸ ਐੱਲ ਆਰਸ ਖੋਹ ਲਈਆਂ ਜਾਂਦੀਆਂ ਨੇ। ਪ੍ਰਦਰਸ਼ਨਕਾਰੀ ਉਸ ਵੇਲੇ ਕੋਟਕਪੁਰਾ ਚੌਂਕ ਦੇ ਵਿੱਚ ਮੌਜੂਦ ਹੁੰਦੇ ਨੇ। ਕੋਟਕਪੁਰਾ ਚੌਂਕ ਤੋਂ ਇੱਕ ਪਾਸਾ ਜਾਂਦਾ ਮੁਕਤਸਰ ਰੋਡ ਨੂੰ, ਜਦਕਿ ਦੂਜਾ ਪਾਸਾ ਫਰੀਦਕੋਟ ਨੂੰ ਜਾਂਦਾ, ਜਦਕਿ ਇੱਕ ਪ੍ਰਦਰਸ਼ਨਕਾਰੀ ਜਿਸ ਦੇ ਹੱਥ 'ਚ ਐੱਸ ਐੱਲ ਆਰ ਹੁੰਦੀ ਹੈ ਉਹ ਫਰੀਦਕੋਟ ਵੱਲ ਮੁੜ ਜਾਂਦਾ, ਔਰ ਦੂਜਾ ਜਿਹੜਾ ਵਿਅਕਤੀ ਹੁੰਦਾ, ਦੂਸਰਾ ਪ੍ਰਦਰਸ਼ਨਕਾਰੀ ਹੁੰਦਾ ਜਿਸ ਨੇ ਕਥਿਤ ਤੌਰ ਦੇ ਉੱਤੇ ਗੋਲੀ ਚਲਾਈ ਹੈ, ਉਹ ਮੁਕਤਸਰ ਰੋਡ ਵੱਲ ਨੂੰ ਤੁਰ ਪੈਂਦਾ ਜਿੱਥੇ ਕਿ ਅਜੀਤ ਸਿੰਘ ਮੌਜੂਦ ਹੁੰਦਾ। ਔਰ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਨੀਲੀ ਪੋਸ਼ਾਕ ਪਹਿਨੀ ਅਤੇ ਸਿਰ ਦੇ ਉੱਤੇ ਪੀਲੀ ਪੱਗ ਬੰਨੀ ਇਹ ਵਿਅਕਤੀ ਜਿਸ ਦੇ ਹੱਥ 'ਚ ਐੱਸ ਐੱਲ ਆਰ ਹੈ ਇਹ ਗੋਲੀ ਚਲਾ ਦਿੰਦਾ, ਔਰ ਇਹ ਗੋਲੀ ਜਿਹੜੀ ਸਿੱਧੀ ਜਾ ਕੇ ਅਜੀਤ ਸਿੰਘ ਨੂੰ ਲੱਗਦੀ ਹੈ ਅਤੇ ਅਜੀਤ ਸਿੰਘ ਉੱਥੇ ਢੇਰ ਹੋ ਜਾਂਦਾ ਗੋਲੀ ਲੱਗਣ ਸਾਰ। ਇਸ ਮਾਮਲੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਹੁਣ ਤੱਕ ਇੰਨੇ ਪ੍ਰਦਰਸ਼ਨ ਚੱਲ ਰਹੇ ਨੇ, ਕਿਹਾ ਜਾ ਰਿਹਾ ਕਿ ਪੁਲਿਸ ਦੀਆਂ ਅਣਗਹਿਲੀਆਂ, ਪੁਲਿਸ ਦੇ ਕਾਰੇ ਇਹੋ ਜਿਹੇ ਸੀ ਕਿ ਅਜੀਤ ਸਿੰਘ ਨੂੰ ਮਾਰ ਦਿੱਤਾ ਗਿਆ, ਉਹਨੂੰ ਗੋਲੀ ਲੱਗ ਜਾਂਦੀ ਹੈ ਪੁਲਿਸ ਦੀ। ਹਾਲਾਂਕਿ ਇਸ ਗੱਲ ਨੂੰ ਲੈ ਕੇ ਜ਼ਰੂਰ ਨਵੇਂ ਤੱਥ ਜਿਹੜੇ ਸਾਹਮਣੇ ਆਏ ਨੇ, ਔਰ ਇਹਨਾਂ ਤੱਥਾਂ ਦੇ ਹਿਸਾਬ ਦੇ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਅਜੀਤ ਸਿੰਘ ਨੂੰ ਗੋਲੀ ਲੱਗੀ ਸੀ ਉਹ ਦਰਅਸਲ ਪੁਲਿਸ ਨੇ ਨਹੀਂ ਸੀ ਚਲਾਈ, ਉਹ ਚਲਾਈ ਸੀ ਇੱਕ ਪ੍ਰਦਰਸ਼ਨਕਾਰੀ ਨੇ। ਖੈਰ, ਇਸ ਵੀਡੀਓ ਦੇ ਵਿੱਚ ਜੋ ਕੁਝ ਸਾਂਝਾ ਕੀਤਾ ਜਾ ਰਿਹਾ, ਜੋ ਕੁਝ ਸਾਹਮਣੇ ਆ ਰਿਹਾ, ਆਓ ਤੁਹਾਨੂੰ ਉਹ ਦਿਖਾ ਦਿੰਦੇ ਹਾਂ। Subscribe to One India channel and never miss an update.